وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين. بسم الله الرحمن الرحيم. قل هو الله أحد الله الصمد لم يلد ولم يولد ولم يكن له كفوا أحد. بسم اللہ الرحمن الرحیم. صلی علی محمد آل محمد و اجل فرج آل محمد باواز بلند صلوات. دعائے وارث کائنات تو رٹو رہے قبول فرماوے. بانیان سادہ تزام دا پر خلوص تمام بارہ مشین شاہ اپنی بارگاہ وچ قبول فرماوے. جو مومن مومنات بیمارن مالک صحت دے وے. مرحومین دے اللہ پاک درجات بلند فرماوے. بالخصوص بانیان دے جملہ مرحومین دے ذکر حسین دے صدقے اللہ درجات بلند فرماوے. بادشاہ دا ظہور ہووے. بی بی دا گھر وسے. تواڈیاں ساریاں اکھیں دیکھن. سلوات پڑھو. میں ذکر پاک شروع کراں. بابا فلاج تکلیف کر دیو. سلوات پڑھ دیو. عظیم عبادت سلوات اچھی آواز نال پڑھ دیو. أعوذ بالله السميع العليم من الشيطان اللعين الرجيم. بسم الله الرحمن الرحيم. صلوات الحمد لله رب العالمين. الصلاة والسلام على أشرف الأنبياء والمرسلين. صلوات وعلى أخيه وبذيره وخليفته وابن أمه أمير المؤمنين. صلوات وعلى سيدة الجليلة المخدومة مقدسات طاہرۃ المطہرہ عالمۃ العاملہ صدیقۃ الکبرى المدفونۃ سرا جدا دفن ہوئی ڈھلی ہوئی رات آئی والمغضوبۃ جہرا جدا ٹٹی چٹا نہیں آئی سیدت النساء العالمین. اکھاں بند کر کے صلوات. حکم البنین دے شیر دی خاطر کئی لکھ بدماش بلائے گئے دے لالچ زر جا گیران دے خط لکھ لکھ کے سدوائے. اللہ بھائیں وستے رہو بھائی. دے لالچ زر جا گیران دے خط لکھ لکھ کے Yeah.
ਨਦੀ ਤੂੰ ਜਸ਼ਨ ਮਨਾਏ ਗਏ ਸ਼ਬੀਰ ਦੇ ਗਲ ਤਈ ਪਹੁੰਚਣ ਕੀਤੇ ਤੇ ਅੱਬਾਸ ਦੇ ਹੱਥ ਮੈਂ ਬਿਸਮਿਲ੍ਲਾ ਕਰਾਂ ਬਾਈ ਮੈਂ ਬਿਸਮਿਲ੍ਲਾ ਕਰਾਂ ਅੱਧਾ ਬਣ ਗਿਆ ਮੈਂ ਪੜ੍ਹਾਂ ਬਾਬਾ ਗਾਜ਼ੀ ਆਦੇ ਉਹ ਕਿਹੜੀ ਫੌਜ ਏ ਜਿਹਦਾ ਮੈਂ ਜਰਨਾਇਲਾ ਆਖੇ ਕਦਮਾਂ ਤੇ ਹੱਥ ਲਾ ਕੇ ਨਹੀਂ ਸਮਝ ਆਉਂਦੀ ਕਿਉਂ ਚੁੱਪ ਬੈਠੇ ਅਖਬਾਰ ਜਾਏ ਪੁੱਤਰ ਕੁਹਾ ਨਹੀਂ ਸਮਝ ਆਉਂਦੀ ਕਿਉਂ ਚੁੱਪ ਬੈਠੇ ਅਖਬਾਰ ਜਾਏ ਪੁੱਤਰ ਥੋੜ੍ਹਾ ਕੇ ਖਾ ਮੁਖਤਿਆਰ ਤੋਂ ਥੋੜ੍ਹਾ ਜਿਹਾ ਇੱਕੋ ਇੱਕੋ ਸਪੀਕਰ ਤੋਂ ਥੋੜ੍ਹਾ ਜਿਹਾ ਬਜ਼ੁਰਗਾਂ ਬਾਅਦ ਪੜ੍ਹਨਾ ਪੜ੍ਹਨਾ ਉਹਨਾਂ ਪਹਿਲੇ ਆਈ ਮੈਂ ਆਪ ਉਹਨਾਂ ਦੀ ਮਿਹਨਤ ਕੀਤੀ ਬਾਅਦ ਪੜ੍ਹੋ ਅਦਬ ਮਾਨੇ ਹੈ ਕਰਬਲਾ ਦੇ ਮੈਦਾਨ ਵਿੱਚ 9 ਲੱਖ ਆਈ 6 ਲੱਖ ਆਈ 3 ਲੱਖ ਆਈ 80,000 ਆਈ 30,000 ਹੀ ਲਿਖ ਦਿੱਤਾ ਨੇ ਜਿਤਨੇ ਹਨ ਬਾਬਾ ਯਾ ਮੇਰਾ ਅੱਲਾਹ ਜਾਣਦਾ ਜਾਂ ਉਹ ਜਾਣਦੇ ਨੇ ਜਿਹਨਾਂ ਕੋ ਇੰਨਾ ਕੁੱਠ ਹੈ ਇਜਾਜ਼ਤ ਹੈ ਬਾਬਾ ਸਾਹਿਬ ਮੈਂ ਜਸ਼ਮ ਦਾ ਦੀਦ ਨਹੀਂ ਸਰਦਾਰ ਸਾਹਿਬ ਮੈਂ ਹਲਫਾਂ ਆਖਾਂ ਇਤਨੇ ਹਨ ਕਦਾ ਮੁਲਾਕਾਤ ਥੀ ਵੀ ਨਾ ਚੌਥੇ ਬਾਦਸ਼ਾਹ ਨਾਲ ਉਹਦੇ ਕੋਲ ਪੁੱਛੇ ਜੋ ਚੋਖੇ ਲੋਕ ਹੈ ਜਿਹਨਾਂ ਤੁਹਾਨੂੰ ਲੁੱਟ ਹੈ ਉਹ ਡਰ ਸਕਦਾ ਹੈ ਚਸ਼ਮਦੀਦ ਦੇ ਬਾਬਾ ਮੈਂ ਨਹੀਂ ਇਤਨੀ ਗੁਜ਼ਾਰਿਸ਼ ਦਾ ਮੈਨੂੰ ਮਜਾਜ਼ ਹੈ ਭਾਈ ਜਾਨ ਜਿਤਨੇ ਹਨ ਆਏ ਗਾਜ਼ੀ ਵਾਸਤੇ ਆ ਔਰ ਜਿਹੜਾ ਹੈ ਸ਼ੁਰਫਾ ਦਾ ਭਾਈ ਜੀ ਮੁਖਤਸਰ ਜੀ ਕਾਫਲਾ ਜੰਗਲਾਂ ਦੇ ਸਫ਼ਰਾਂ ਦੇ ਵਿੱਚ ਮੁਤਬੈਨ ਆਈ ਇਹਨਾਂ ਕੋ ਆਸਰਾ ਗਾਜ਼ੀ ਦਾ ਸਦਕੇ ਥੀ ਵਾ 6ਵਾਂ ਬਾਦਸ਼ਾਹ ਫਰਮਾਇੰਦਾ ਗਾਜ਼ੀ ਉਹ ਮਜ਼ਲੂਮ ਹੈ ਜਿਹੜਾ ਜੰਨਤ 'ਚ ਬੇਕਰਾਰ ਹੈ ਦੁਆਈ ਮੰਗਦਾ ਹੈ 12ਵੇਂ ਦੇ ਜ਼ਹੂਰ ਦੀਆਂ ਕੱਢਣ ਆਸੇ ਮੈਂ ਤੇਰੀ ਫੌਜ ਦਾ ਜਰਨਲ ਬਣ ਕੇ ਮੁਸਲਮਾਨਾਂ ਕੋਲ ਇੱਕ ਗੱਲ ਪੁੱਛਣੀ ਹੈ ਕਿਹੜੇ ਜੁਰਮ 'ਚ ਬਾਜ਼ਾਰ ਫਿਰਾਏ ਨੇ ਬਿਸਮਿਲ੍ਲਾ ਬਾਦਸ਼ਾਹ ਭਜਨ ਫਰਮੈਨ ਗਾਜ਼ੀ ਉਹ ਮਜ਼ਲੂਮ ਹੈ ਬਾਬਾ ਜੀ ਜਿਹਦੀ ਜ਼ਿੰਦਗੀ ਦੀ ਕੋਈ ਹਸਰਤ ਪੂਰੀ ਨਹੀਂ ਥੀ ਅਲਮਾਨ ਬਸ ਇੱਕ ਜੁਮਲਾ ਮੈਂ ਅਰਜ਼ ਕਰ ਰਿਹਾ ਮੁਫਸਲ ਨਹੀਂ ਜਿਤਨੇ ਹਥਿਆਰ ਨੇ ਹਰਬ ਜ਼ਰਬ ਦੇ ਜ਼ੇਬ ਤਨ ਕਰਕੇ ਘੋੜੇ 'ਤੇ ਸਵਾਰ ਹੋ ਕੇ ਮੁਕੰਮਲ ਅਲੀ ਦੀ ਛਬੀ ਬਣ ਕੇ ਸੈਦੋਂ ਖਯਾਮ ਤੋਂ ਬਹਿਰਾ ਅੱਬਾਸ ਸਾਹਮਣੇ ਬਾਦਸ਼ਾਹ ਖੜੇ ਨੇ ਇਰਾਦਾ ਕੀਤੇ ਸੀਨ ਛੋੜਾ ਹੁਸੈਨ ਦੀ ਕਦਮ ਬੋਸੀ ਕਰਾਂ ਅਲਾ ਜਾਣੇ ਬਾਬਾ ਜੀ ਕੋਈ ਰਾਜ਼ ਆਈ ਅਬਾਦ ਦਾਮਨ ਹਲਾ ਕਿਆ ਤੇ ਗਾਜ਼ੀ ਟੁਰਵਨ ਮੈਂ ਰਾਜ਼ੀ ਹਾਂ ਬਿਸਮਿਲ੍ਲਾ ਅਲਮਾਲ ਘੋੜਾ ਪਾਸੇ ਮੈਦਾਨ ਦੇ ਟੁਰੇ
18ਵੇਂ ਕਦਮ ਤੇ ਗਾਜ਼ੀ ਗਿਆ ਸੀ ਆਪਣੀ ਤਲਵਾਰ ਬੇਨਿਆਮ ਕਰਕੇ, ਆਪਣੀ ਤਲਵਾਰ ਵਿੱਚ ਆਪਣਾ ਮੂੰਹ ਦੇਖ ਕੇ ਆਪਣੇ ਆਪ ਕੋ ਆਖਦੇ ਅਬਾਸ, ਅਰਬ ਵਿੱਚ ਮਾਓ ਪੁੱਤਰ ਨਹੀਂ ਜਾਇਆ ਜਿਹੜਾ ਤੇਰੀ ਅੱਖ ਚੱਕ ਪਾ ਕੇ ਗੱਲ ਕਰੇ। ਹੁਣ ਤੱਕ ਹਨ ਮਜਬੂਰੀਆਂ ਤੇ ਪਾਬੰਦੀਆਂ, ਹੁਣ ਪਾਬੰਦੀਆਂ ਝਾਕਦੀਆਂ ਨੇ। ਲਜਪਾਲੀ ਕੀਤੀ ਹੈ ਬਹਿਣ ਬਿਰਾ, ਅੱਜ ਸਾਰੇ ਬਦਲੇ ਗਿਨ ਜਿਨ੍ਹਾਂ ਲਈ ਅਕਬਰ ਕੋ ਬਰਛੀ ਮਾਰੀਏ ਬਰਛੀ ਮਾਰ, ਜਿਹਨਾਂ ਕਾਸਮ ਦੀ ਲਾਸ਼ ਤੇ ਘੋੜੇ ਭਜਾਇਨ ਘੋੜੇ ਭਜਾ, ਜਿਹਨਾਂ ਮਹਿਮਾਨ ਮਾਰਨ ਮਾਰ, ਜਿਹਨਾਂ ਨਵਾਨ ਮਾਰਨ ਮਾਰ, ਜਿਹਨਾਂ ਨਾਦਾਨ ਮਾਰਨ ਮਾਰ। ਬਾਬਾ ਜੀ ਇਹ ਸੁਚੈਂਦਾ ਵੈਂਦਾ ਹੀ 18ਵੇਂ ਕਦਮ ਤੇ ਆਦਨ ਜੋ ਗਾਜ਼ੀ ਪਹੁੰਚੇ, ਬਾਦਸ਼ਾਹ ਇਮਾਮ ਹੁਸੈਨ ਹਕਲ ਮਾਰੀ ਅਬਾਸ, ਹੋ ਨਹੀਂ ਸਕਦਾ ਗਾਜ਼ੀ ਦਾ ਘੋੜਾ ਵੀ ਇੱਕ ਕਦਮ ਛਾਵੇ, ਇਤਾਤ ਹੁਸੈਨ ਦਾ ਦੂਜਾ ਨਾਂ ਹੀ ਅਬਾਸ ਹੈ ਜੀ। ਬਾਦਸ਼ਾਹ ਫਰਮਾਨ ਇੱਕ ਦਫ਼ਾ ਘੋੜਾ ਬਲਾ, ਗਾਜ਼ੀ ਵਾਪਸ ਹਟੇ, ਬਾਦਸ਼ਾਹ ਹੁਕਮ ਫਰਮਾਨ ਇੱਕ ਦਫ਼ਾ ਜ਼ੀਨ ਹੀ ਛੋ, ਆਦੇ ਮਹਿਨ ਗਾਜ਼ੀ ਜ਼ੀਨ ਛੋੜੀਏ ਬਿਰਾ, ਹਾਂ ਨਾ ਲਾ ਕੇ ਦਾੜੀ ਚੁੰਮੀਏ। ਅਲਮਾਲ ਜੀ ਬਾਦਸ਼ਾਹ ਕਿਹੜੇ ਕਿਹੜੇ ਹਥਿਆਰ ਕਿੱਦੀ ਵੈਂਦ, ਆਦੇ ਮੌਲਾ ਜਿਹੜੇ ਜੰਗਾਵਰਾਂ ਕੋਲ ਹੋਣ ਹੁਸੈਨ, ਆਦੇ ਮੈਂ ਕੋ ਲਹਾ ਦੇ ਸਾਰੇ ਹਥਿਆਰ ਬਾਬਾ ਕਦਮੈਨ ਚ। ਬਾਦਸ਼ਾਹ ਇਮਾਮ ਹੁਸੈਨ ਨੇਜ਼ਾ ਚਾ ਕੇ ਬਾਬਾ ਨਾਜ਼ੇ ਅਲੀ ਦਮ ਕਰਕੇ ਗਾਜ਼ੀ ਦੇ ਹੱਥ ਤੇ ਰੱਖੇ। ਗਾਜ਼ੀ ਮਜ਼ੀਦ ਖੁਸ਼ੀ ਮਹਿਸੂਸ ਕੀਤੀ ਹੈ ਜੋ ਖਸੂਸੀ ਦੁਆ ਨਾਲ ਪਿਆ ਭੇਜੇਂਦੇ। ਅਬਾਸ ਤਲਵਾਰ ਤੋਂ ਡਿੱਠਾ, ਹੁਸੈਨ ਭਰਾ ਉਹਦੇ ਪਾਸੇ ਡਿੱਠਾ, ਮੌਲਾ ਤਲਵਾਰ ਨਾ ਦੇਸੋ ਫਰਮੈਂਦਨ, ਨਾ ਢਾਲ ਫਰਮੈਂਦਨ, ਨਹੀਂ ਕਮਾਣ ਆਦਨ, ਨਹੀਂ ਤੀਰ ਤਰਕਸ਼ ਫਰਮੈਂਦਨ, ਨਹੀਂ। ਅੱਛਾ ਮੌਲਾ ਨੇਜ਼ਾ ਦਿੱਤੀ ਲੜਨ ਦੀ ਇਜਾਜ਼ਤ, ਹੁਸੈਨ ਆਦਨ, ਨਹੀਂ। ਅਗਰ ਤੇ ਕੋ ਲੜਾਵਣਾ ਹੁੰਦਾ ਮੈਂ ਭੇਣ ਨਾ ਰਹਾ, ਤੇ ਕੋ ਲੜਾਵਣਾ ਹੁੰਦਾ ਮੈਂ ਕਮ ਅਜ਼ ਕਮ ਧੀਆਂ ਨਾ ਰਹਾ। ਬਿਸਮਿਲਾ ਕਰਾਂ ਬਾਦਸ਼ਾਹ ਬਤ ਨੇ ਦਾ ਕਿਉਂ ਦਿੱਤਾ ਵੇ, ਸੈਦ ਦਾ ਦਰਿਆ ਤੇ ਯਜ਼ੀਦੀਆਂ ਦਾ ਕਬਜ਼ਾ, ਉਹ ਕਬਜ਼ਾ ਛੁੜਾ, ਆਪਣਾ ਆਲਮ ਨਸਬ ਕਰ, ਦਰਿਆ ਵਿੱਚ ਘੋੜਾ ਲਹਾ, ਮਸ਼ਕ ਭਰ ਘੋੜੇ ਤੇ ਚੜ, ਲੋਕਾਂ ਕੋ ਦੱਸਾ ਅਸਾਂ ਮਜਬੂਰ ਹੈ, ਮਾਮੂਰ ਹੈ, ਮਿਨ ਅੱਲਾਹ ਹੈ। ਕਿਆ ਬਾਤ ਹੈ ਬਾਈ ਤੁਹਾਡੀ, ਬਜ਼ੁਰਗ ਬੈਠੇ ਹੋ ਸਬਕ ਸੁਣਾਵਣਾ। ਅਲਮਾ ਵਾਲਾ ਜਿਹੜਾ ਆਖਣ ਵਾਲਾ ਬਾਬਾ ਹੁਸੈਨ, ਸੁਣਨ ਵਾਲਾ ਗਾਜ਼ੀ, ਪਾਸੇ ਨਾਲ ਆਦਨ ਮਸੂਮਾ ਬੀਬੀ ਖੜੇ ਹਨ, ਮਸੂਮਾ ਦੇ ਪਾਸੇ ਦੇ ਕੇ ਦਧੀ ਬਾਦਸ਼ਾਹ ਹੁਸੈਨ ਦੀ, ਅਗਰ ਹੁਣ ਪਾਣੀ ਨਾ ਵੀ ਤਾਂ ਚਾਚੇ ਤੇ ਨਾਰਾਜ਼ ਨਥੀ ਤੇ ਭਲਾ ਅਬਾਸ ਰੁਨੈ, ਗਾਜ਼ੀ ਦਾ ਰੋਵਣ ਹੁਸੈਨ ਵਧ ਕੇ ਫਿਰਾ ਕੁਹਾ ਨਾ ਲੈ, ਦਾੜੀ ਚਮਕਿਆ ਤੇ ਰੋਂਦਾ ਨਟੋ। ਇੱਕ ਤਲਵਾਰ ਨਹੀਂ ਜਿਤਨੇ ਹਥਿਆਰ, ਇਨੀ ਮਰਜ਼ੀ ਦੇ ਚਾਉ, ਪੇਸ਼ੀ ਦੀਆਂ ਅਜ਼ਾਨਾਂ ਮਿਲਣ ਵਾਲੀਆਂ, ਸ਼ਾਮ ਦੀਆਂ ਅਜ਼ਾਨਾਂ ਤਈ ਛੁੱਟੀ ਆਈ ਵੰਜ ਲੜ, ਰੋਂਦਾ ਨਟੁਰ। ਲੇਕਿਨ ਇੱਕ ਗੱਲ ਸੀ, ਨਸ਼ੀਨ ਕਰਕੇ ਲੜੇ ਜਿਤਨਾ ਕਰਬਲਾ ਲੜਸੇ, ਬਾਜ਼ਾਰ ਬਦਲਾ ਦੇਸਨ ਮੇਰੀਆਂ ਭੈਣੀ। ਚਾਰ ਹਮਲੇ ਲਿਖੇ ਨੇ ਗਾਜ਼ੀ ਅਬਾਸ ਦੇ ਬਾਬਾ। ਮੇਰਾ ਤੁਹਾਡੇ ਤੇ ਸਵਾਲ ਹੈ, ਬਜ਼ੁਰਗ ਬੈਠੇ ਹੋ, ਮੇਰੇ ਤੋਂ ਜ਼ਿਆਦਾ ਜਾਣਨ ਵਾਲੇ ਬਾਬਾ ਜੀ ਬੈਠੇ ਨੇ, ਇੱਕ ਪਾਸੇ 30,000, ਮੈਂ ਆਖਰੀ ਰਵਾਇਤ ਪੜ੍ਹਾਂ, ਬਾਈ ਪਾਸੇ ਇਕੱਲਾ 30,000 ਆਦੇ ਪਾਣੀ ਨਾ ਭਰਨ ਦਿੰਦੇ। ਅਫਜ਼ਲ ਖਾਨ ਇੱਕ ਆਦੇ ਭਰੇ ਸਾਂ, ਸੌਖਾ ਭਰਾ ਉਸ, ਬੋਲੋ ਮੇਰੇ ਨਾਲ, ਇਹ ਤਾਂ ਬਾਸ ਹੈ ਜੋ ਭਰਸ, ਮੈਂਬਰ ਦੀ ਕਸਮ ਮੁਤਮੈਨ ਸੀ ਕਿ ਭਰਸ, ਕੂਫਾ ਤੱਕ ਬਾਬਾ ਲੋਕ ਅਬਾਸ ਦੇ ਖੌਫ ਤੋਂ ਦੌੜੇ। ਸਾਹਿਬ ਮਖਾਤਲ ਲਿਖਾ, ਕੂਫਾ ਤੱਕ ਬਸਤਾ ਜ਼ਮੀਨਦਾਰ ਘੋੜੇ ਤੇ ਸਵਾਰੇ, ਵੱਡਾ ਦਰਵਾਜ਼ਾ ਅਬੂਰ ਕੀਤਾ ਕੂਫੇ ਦਾ,
ਬੰਦਾ ਕੋ ਹਜ਼ਾਰਾਂ ਦੀ ਤਾਦਾਦ ਵਿੱਚ ਭੱਜਦਾ ਡਿੱਟਾ ਸ਼ਹਿਰ ਦੇ ਪਾਸੇ ਹਿੰਨ ਮੁਸੱਲਾ ਇਹ ਘੋੜੇ ਸਵਾਰ ਦੀ ਬਾਗ ਵਿੱਚ ਹੱਥ ਪਏ ਸੀ ਅਤੇ ਯਾਰ ਤੁਹਾਡੇ ਪਿੱਛੇ ਫੌਜ ਕੋਨੀ ਤੁਸੀਂ ਕਿਉਂ ਨਸਤੇ ਭੱਜਦੇ ਪਏ ਵੇ ਅਤੇ ਇਵੇਂ ਝਟਕੇ ਨਾਲ ਬਾਗ ਖਸ ਕੇ ਆਦੇ ਰਾਹ ਛੋੜ ਮੈਦਾਨ ਅੱਬਾਸ ਆ ਗਏ ਪਾਣੀ ਭਰ ਕੇ ਘੋੜੇ ਤੇ ਸਵਾਰ ਹੋ ਕੇ ਸਜਾਤ ਘੋੜੇ ਦੀ ਗਰਦਨ ਤੇ ਰੱਖਿਆ ਦਨ ਘੋੜਾ ਜਿਹੜੀ ਮੈਂ ਮਸ਼ਕ ਭਰੀ ਏ ਮੈਂ ਕੋਈ ਜ਼ਿੰਦਗੀ ਤੋਂ ਪਿਆਰੀ ਤੂੰ ਚੁੱਪ ਕਰ ਗਏ ਮੈਂ ਦਲੀਲ ਦੇਣਾ ਜਿਹੜੇ ਪਾਸੋਂ ਤੀਰ ਆਏ ਭਾਈ ਜੀ ਅਲਮਾਲੇ ਦੀ ਕੋਸ਼ਿਸ਼ ਰਹੀ ਹੈ ਮੈਂ ਕੋ ਲੱਗੇ ਮਸ਼ਕ ਬੱਚੇ ਦਾ ਪਾਣੀ ਹੁਸੈਨ ਦੀ ਧੀ ਪੀ ਲੇਕਿਨ ਪਹਿਲੇ ਦੱਸ ਗਈਆਂ ਛੇਵਾਂ ਦੇ ਗਾਦੀ ਉਹ ਮਜ਼ਲੂਮ ਹੈ ਜਿਹਦੀ ਕੋਈ ਹਸਰਤ ਪੂਰੀ ਥਈ ਨਹੀਂ ਸੱਤਵੀਂ ਕਲਾਮ ਦੇ ਅੰਦਰ ਆਲੀਆ ਬੀਬੀ ਦਾ ਖੈਮਾ ਜਿਹੜੇ ਸਵਾਰ ਬੈਠੇ ਉਹ ਭੇਣ ਭਰਾ ਦਾ ਰੱਲੇ ਖੈਮਾ ਬਾਬਾ ਇੱਕ ਲਾਜ਼ਾ ਨਹੀਂ ਮਿਸਤੀ ਬਿਰਾ ਤੂੰ ਇਹ ਖੈਮੇ ਸਾਰੀਆਂ ਬੀਬੀਆਂ ਇਕੱਠੀਆਂ ਥੀ ਗਈਆਂ ਹਰ ਕਹਿੰਦੀ ਨਿਗਾਹ ਹੈ ਆਲੀਆ ਦੇ ਚਿਹਰਾ ਅੱਖ ਦਸਤੇ ਖੈਮੇ ਦੇ ਦਰ ਤੇ ਜਨਾਬ ਫਿਜ਼ਾ ਬਾਬਾ ਆਲੀਆ ਦੀ ਨਿਗਾਹ ਜਨਾਬ ਫਿਜ਼ਾ ਤੇ ਦੂਜੇ ਟਿੱਬੇ ਤੇ ਬਾਦਸ਼ਾਹ ਹੁਸੈਨ ਜਨਾਬ ਫਿਜ਼ਾ ਦੀ ਨਿਗਾਹ ਬਾਦਸ਼ਾਹ ਹੁਸੈਨ ਤੇ ਭਲਾ ਸੁਣੋ ਬਈ ਬੀਬੀਆਂ ਦੀ ਨਿਗਾਹ ਆਲੀਆ ਤੇ ਆਲੀਆ ਚੁੱਪ ਆਲੀਆ ਦੀ ਨਿਗਾਹ ਜਨਾਬ ਫਿਜ਼ਾ ਤੇ ਜਨਾਬ ਫਿਜ਼ਾ ਚੁੱਪ ਜਨਾਬ ਫਿਜ਼ਾ ਦੀ ਨਿਗਾਹ ਬਾਬਾ ਜੀ ਬਾਦਸ਼ਾਹ ਹੁਸੈਨ ਤੇ ਪੀਓ ਅਕਬਰ ਦਾ ਚੁੱਪ ਦੁਆ ਕਰੋ ਤਾਂ ਲਫਜ਼ਾਦਾ ਹੁਸੈਨ ਦੀ ਨਿਗਾਹ ਅਲਮ ਤੇ ਅਲਮਾ ਲਈ ਚੁੱਪ ਕਿਆ ਬਾਤ ਹੈ ਬਈ ਕਿਆ ਬਾਤ ਹੈ ਕਿਆ ਬਾਤ ਹੈ ਆਦੇ ਇਵੇਂ ਹਨ ਹੁਸੈਨ ਇਨ ਖੜੇ ਜਿਵੇਂ ਉਜੜੇ ਹੋਏ ਮਾਲੀ ਖੜੇ ਸੱਤਵੀਂ ਕਨਾਲ ਦੇ ਅਗਲੇ ਪਾਸੇ ਬਾਬਾ 84-83 ਯਤੀਮ ਖੜੇ ਅੱਗੋਂ ਬੀਬੀ ਮਸੂਮਾ ਖੜੇ ਖਾਲੀ ਜਾਮਿਨ ਬੱਚਿਆਂ ਦੇ ਖੜੇ ਪਾਣੀ ਹੁਸੈਨ ਦੀ ਧੀ ਆਦਿ ਖੜੀ ਆ ਅਗਰ ਆ ਗਈ ਆ ਖੈਰ ਨਾਲ ਅਸਗਰ ਤੂੰ ਪਹਿਲੇ ਦੇਸਾਂ ਤੁਹਾਕੂ ਅਚਾਨਕ ਬਾਦਸ਼ਾਹ ਫਰਮਾਏ ਮੈਂ ਸਦਕੇ ਥੀ ਵਾਂ ਕਿਆ ਅਜ਼ਮਤ ਹੈ ਅੱਬਾਸ ਦੀ ਜਿਹਦੇ ਤੂੰ ਹੁਸੈਨ ਬਾਦਸ਼ਾਹ ਸਦਕੇ ਵਧੇ ਥੀ ਵਾਂ ਬਜ਼ੁਰਗਾਂ ਨੇ ਗਿਰਾਮੀ ਆਦੇ ਇਵੇਂ ਹਨ ਮਸੂਮਾ ਬੀਬੀ ਦੀ ਹੱਥੋਂ ਜਾਮ ਲੈ ਪੈ ਇਵੇਂ ਖੜਾ ਸੀ ਨਾ ਬਾਬਾ ਸਾਹਮਣੇ ਆ ਖੜੀ ਹੱਥ ਬਣ ਕੇ ਦੀਏ ਬਾਬਾ ਬਾਬਾ ਇੱਕ ਦਫ਼ਾ ਆਖਿਆ ਨਾ ਬਾਬਾ 11 ਦਫ਼ਾ ਫਰਮਾਵੇ ਨਾ ਜੀ ਆਖੀ ਬਾਬਾ ਅੱਜ ਕੋਈ ਭਾਈ ਸਫਦਰ ਖਾਨ ਇਹਦੀ ਮਜਬੂਰੀ ਅਸ 11 ਦਫ਼ਾ ਧੀ ਬਾਬਾ ਸਦਾ ਹੁਸੈਨ ਨਹੀਂ ਬੋਲਾ ਦੋਵੇਂ ਕਦਮਾਂ ਤੋਂ ਲਾ ਕੇ ਆਦੀ ਹੈ ਬਾਬਾ ਮੇਰੇ ਨਾਲ ਜੋ ਨਾ ਲੈਂਦਾ ਚਾਚਾ ਨਵਲ ਸੀ ਹੁਸੈਨ ਆਦੇ ਉਹ ਵੱਲੇ ਨਾ ਵੱਲੇ ਤੇਰਾ ਫਿਰਾ ਤਾਂ ਬਚ ਪੋ ਸੀ ਭੱਜ ਪਈਏ ਬੱਚਾ ਕੋ ਆਦੀਏ ਜਾਮ ਛੱਡੋ ਮੈਂ ਬਿਸਮਿਲਾ ਕਰਾਂ ਦਸ ਤੇ ਦੁਆ ਬੁਲੰਦ ਕਰੋ ਮੰਗੋ ਦੁਆ ਸ਼ਾਲਾ ਚਾਚਾ ਖੈਰ ਨਾਲ ਵੱਲੇ ਮੇਰਾ ਬਾਬਾ ਰੋਂਦਾ ਖੜੇ ਮੈਂ ਬਿਸਮਿਲਾ ਕਰਾਂ ਹੁਣ ਬਾਬਾ ਬਿਹਰਾ ਭੁੱਲ ਗਈ ਅਸ ਹੁਣ ਪੈ ਗਏ ਸੀ ਬਾਬੇ ਦੀ ਪਰ ਚਾਚੇ ਨਾਲ ਕੋਈ ਉੱਚ ਢਿੱਕ ਬਣਦਾ ਹੈ ਤਾਂ ਬਚਦਾ ਬਾਬਾ ਹੀ ਨਹੀਂ ਇੱਕ ਜੁਮਲਾ ਪੜ੍ਹ ਲਿਓ ਬਾਬੇ ਤੂੰ ਇਜਾਜ਼ਤ ਕੀਤੀ ਹੈ ਕੱਲ੍ਹ ਇਨਸ਼ਾਅੱਲਾ ਜਿਤਨਾ ਅਕਸੋ ਪੜ੍ਹ ਸੋ ਮੈਂ ਸਦਕੇ ਥੀ ਸ਼ਬੀਰ ਕਲਮਾ ਔਰ ਕਿਆ ਦੇ ਔਖਾ ਵਾਦਾ ਲਹਮੇ ਬਿਸਮਿਲਾ ਕਰਾਂ ਭਾਈ ਧੀ ਜੋਏ ਕਦਮਾਂ ਚਲਾ ਗਿਆ ਦੀਏ ਬਾਬਾ ਕੌਣ ਹੁਸੈਨ ਵਾਲੇ ਤੇਰਾ ਮਾਸਕੀ ਪਰਦੇ ਬਣਾਵਣ ਵਾਲਾ ਨੌਕਰ ਸਲਾਵਣ ਵਾਲਾ ਔਖਾ ਬਦਲਾ ਦੀ ਅਦੀ ਬਾਬਾ ਮੈਂ ਪੁੱਛਾ ਚਾ ਦਿਖਾ ਥੋੜ੍ਹੀ ਜਿਹੀ ਆਵਾਜ਼ ਜ਼ਿਆਦਾ ਕਰੋ ਬਾਬਾ ਹੁਸੈਨ ਦੇ ਧੀ ਮੈਂ ਤੈਨੂੰ ਚਾਹੁੰਦਾ ਦੱਸਣ ਦੀ ਰਾਵੇਂ ਕਿਵੇਂ ਪਏ ਮਰੇ ਨੇ
ਸਾਗਰ ਦੇ ਦਰੋਣ ਵਾਲੇ ਲੋਕ ਵਾਲਾ ਗਵਾਏ ਜੈਨ ਦੀ ਜਿੱਥੇ ਲੱਖਾਂ ਮਰੇ ਦੇ ਪੈਨ ਇੱਕ ਪਿਆ ਮਰੀ ਗਏ ਕੋਈ ਤੀਰ ਕੋਈ ਪੱਥਰ ਕੋਈ ਤਲਵਾਰ ਕੋਈ ਨੇਜ਼ਾ ਮਾਰ ਮਾਰ ਕਿਆ ਦਿਨ ਮਾਰੋ ਲੱਛਾ ਜੰਗ ਮੁੱਕ ਵੈਸੀ ਵਾਹਵਾ 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 ਬਿਸਮਿਲਾ ਕਰਾਈ ਬੈਠਾ ਧੀਰੇ ਦੀ ਪਈ ਹਿੰਦੂਆਂ ਨੇ ਵਾਰ ਕੀਤਾ ਸਜਾ ਬਾਜੂ ਬਾਬਾ ਕਲਾਮ ਮਸ਼ਕ ਦੇ ਤਸਮੇ ਖਬੇ ਬਾਜ਼ੀ ਪਾ ਕੇ ਦੇਵਾਨ ਅਲੀ ਅਸਵਰ ਦੀ ਵੇਲ ਬੈਜ਼ਾ ਨੇ ਵਾਰ ਕੀਤਾ ਖਬਾ ਬਾਜ਼ੂ ਕਲਾਮ ਮਸ਼ਕ ਦੇ ਤਸਮੇ ਮੂੰਹ ਚ ਪਾ ਕੇ ਦੇਵਾਨ ਮਸੂਮ ਬੀਬੀ ਦੀ ਵੇਲ ਵਾਹ ਯਾਰ ਸੋਹਣ ਰੋਨੇ ਮੈਂ ਇੱਕ ਜ਼ਾਲਿਮ ਤੀਰ ਮਾਰਾ ਜਿਹੜਾ ਸੱਜੀ ਅੱਖ ਚ ਲੱਗ ਬਾਬਾ ਗਾਜ਼ੀ ਚੁੱਪ ਕਰ ਗਏ ਹੋਰ ਮਿਲਦੀ ਨਸਲ ਤਬਾਹ ਹੋਵੇ ਤੀਰ ਮਾਰਾ ਜਿਹੜਾ ਮਸ਼ਕ ਚ ਲੱਗਾ ਪਾਣੀ ਲੁੜ ਜੁਲੇ ਮੈਂ ਆਦਰਾਂ ਦਾ ਪਾਣੀ ਨਹੀਂ ਗਾਜ਼ੀ ਦੀ ਬੱਤੀ ਸਾਲ ਦੀ ਮਿਹਨਤ ਲੜੀਏ ਅਕਲ ਮਾਰ ਗਿਆ ਦੇ ਘੋੜਾ ਭਾਜ ਨਹੀਂ ਮੇਰੀ ਆਸ ਮੁੱਕ ਗਈ ਇੱਕ ਜ਼ਾਲਿਮ ਲੋਹੇ ਦਾ ਗੁਰਦ ਮਾਰੇ ਬਾਬਾ ਲੋਹੇ ਦਾ ਗੁਰਦ ਬਜ਼ੁਰਗ ਬੈਠੇ ਹੋ ਫਿਰਾ ਬੈਠੇ ਹੋ ਕਹਿ ਕੋਈ ਸ਼ਾਇਦ ਬਾਹਰੋ ਉਹ ਦਿਫਾ ਕਿਹੜੀ ਸ਼ਾਇਦ ਨਾਲ ਕਰਦੇ ਹੱਥਾਂ ਨਾਲ ਬਾਬਾ ਜੀ ਹੱਥੋਂ ਬਿਆਨ ਜਿਹੜੇ ਕਲਮ ਹੋ ਗਏ ਗੁਰੂ ਦਾ ਲੱਗਣਾ ਆਈ ਗਾਜ਼ੀ ਵੀਰ ਛੋੜਨਾ ਸ਼ੁਰੂ ਕੀਤੀ ਹੁਸੈਨ ਮਿੱਟੀ ਤੇ ਬਹਾਣਾ ਸ਼ੁਰੂ ਕੀਤਾ ਦੀਦਾਰੀ ਚਮਕਿਆ ਦੀ ਉਹ ਜਾਣੇ ਮੇਰਾ ਮਰਦੇ ਤਾਂ ਮਰ ਵੰਨੇ ਆਪਣੇ ਗੁਸਰ ਚ ਸਿਆਦਾ ਦੇ ਉਮੇ ਲਿਆ ਗਈ ਜੈਲ ਫੁੱਫੀਆਂ ਦੇ ਵਾਲ ਖੁੱਲ ਗਏ ਨੀ ਸਿਆਦਾ ਦੇ ਉਮੇ ਲਿਆ ਗਈ ਕਮਰ ਤੋਟ ਵਾਹ 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 ਸੋਹਣਿਆ ਸੁਭਾਈ ਸੈਯਦਾ ਦੁਆ ਪੀਆ ਮੰਗਦਾ ਸ਼ਲ ਕਹਿ ਦੀ ਆਸ ਨ ਮੁੱਕੇ ਆਸ ਤੇ ਦੁਨੀਆ ਕਹਿਵੇਂ ਬਾਬਾ ਬਜ਼ੁਰਗ ਬੈਠੇ ਹੋ ਯਕੀਨ ਕਰਾਏ ਗਾਜ਼ੀ ਦੇ ਲਾਹਣ ਨਾਲ ਹੁਸੈਨ ਦੀ ਧੀ ਦੀ ਆਸ ਮੁੱਕ ਗਈ ਦੁਨੀਆ ਪਿਓ ਦੇ ਕਦਮਾਂ ਤੇ ਲਾ ਕੇ ਆਦੀ ਦਸਾ ਹੁਣ ਕਿਨ ਵੰਨਾ ਅਈਆ ਦਾ ਤੇ ਹੁਣ ਤੂੰ ਆਪਣੇ ਦਵਾਨ ਮੈਂ ਆਪਣੇ ਦਵਾਨਾ ਵਾਹ 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 ਆਦੇ ਮੈਨ ਹਿਕਸਾ ਦਫਾ ਠਣੇ ਮੇਰਾ ਦਿਆਲ ਤੇ ਬਾਬਾ ਹਿਕਸਾ ਤ੍ਰੀ ਦਫਾ ਗਾਜ਼ੀ ਦੇ ਲਲਈ ਵੇ ਬੈਠੇ ਨਿਵੇਂ ਨਮਾਜ਼ੀ ਬਾਂਧਨ ਭਾਈ ਖੱਬਾ ਬਾਜ਼ੂ ਵਧਾਇਆ ਨੇ ਗਾਜ਼ੀ ਦਾ ਸਰ ਚਾ ਕੇ ਖੱਬੇ ਬਾਜ਼ੂ ਤੇ ਰੱਖਿਆ ਸੀ ਯਕੀਨ ਕਰਾਏ ਫਿਰਾ ਦਰ ਲਈ ਵੇ ਸੁੱਤਾ ਜਿਵੇਂ ਮਈਆ ਤੂੰ ਸਮਝਿਆ ਡਾੜੀ ਚੁੰਮ ਗਿਆ ਦੇ ਅੱਖੀ ਬਾਲ ਮੇਰੇ ਨੇ ਘੁੜ ਮੈਂ ਗਰੀਬ ਉਹ ਗਾਜ਼ੀ ਮੈਂ ਕੂ ਦੱਸਿਆ ਮੈਂ ਫੇਣੀ ਗਿਣ ਗਿਣ ਖਿਆਮ ਦੇ ਦਰਦ ਝੜ ਪਈ ਬਾਬਾ ਅਲੀ ਦੀ ਧੀਆ ਦੀ ਅੰਮਾ ਕੇ ਹੋਇਆ ਦੀ ਜਲਦੀਆ ਦੂਹੇ ਮਰ ਗਏ ਛੋਟੀ ਫੇਰ ਖੁਆ ਦੀ ਆਪਣਾ ਪਈਆ ਮੇਰਾ ਚਈਆ ਮੇਰੇ ਦੂਹੇ ਫਿਰਾ ਮਰ ਗਏ ਹਿਲਾ ਦੀ ਹੁਸੈਨ ਫੇਰ ਬਹਿਰ ਪਈਆ ਇਹਦਾ ਪਰਦਾ ਪਿਆਰਸ ਫਰਮੇਂਦਰ ਬਾਰਾ ਅਬਾਸ ਹੋਵੇ ਤੇਰੀ ਚਾਦਰ ਤੂੰ ਕੁਰਬਾਨ ਕਰਾ ਵਸ ਲੱਗਦੇ ਬਹਿਰ ਬਿਸਮਿਲਾ ਬਾਬਾ ਬਿਸਮਿਲਾ ਬੰਦ ਪੜਦੇ ਹੋ ਬਜ਼ੁਰਗ ਜੋ ਬੈਠੇ ਹੋ ਲੱਥਾ ਢਾਲ ਕੇ ਗੁਰਦ ਪਰੇਸ਼ਾਨੀ ਵਿੱਚ ਜੋ ਕਹਿ ਜੁੜੀ ਆਈ ਅਲਮ ਨਿਸ਼ਾਨੇ
ਅਬਾਸ ਦੀ ਸਾਇਣ ਨੇ ਉਹੀ ਵੇਲੇ ਕੀਤਾ ਖੈਮੀਆਂ ਵਿੱਚ ਸ਼ਾਲਾ ਵਸਦੇ ਰਹੋ ਗਾਜ਼ੀ ਦਾ ਸਦਕਾ ਅਬਾਸ ਦੀ ਸਾਇਣ ਨੇ ਉਹੀ ਵੇਲੇ ਕੀਤਾ ਖੈਮੀਆਂ ਵਿੱਚ ਪਰਦਿਆਂ ਦੀ ਤੇ ਹੁਣ ਹਰ ਕੋਈ ਖੁਦ ਨਿਗਰਾਨ ਮੈਂ ਗਾਜ਼ੀ ਲਹਿ ਗਏ ਘੋੜੇ ਤੂੰ ਮੇਰੀ ਕਾਇਦ ਦਾ ਹੁਣ ਗਾਜ਼ੀ ਲਹਿ ਗਏ ਘੋੜੇ ਤੂੰ ਮੇਰੀ ਕਾਇਦ ਹੁਣ ਬੰਦ ਵੀ ਅਸੀਂ ਪੜ੍ਹ ਦੇਵਾਂ ਬਜ਼ੁਰਗ ਰੋਂਦੇ ਪੈਣ ਭਾਈ ਜੀ ਭੈਣ ਦਰਵਾਜ਼ੇ ਤੇ ਆਈ ਖੜੀਏ ਫਿਰਾ ਕੋ ਮੁਖਾਤਬ ਕਰਕੇ ਆਦੀ ਖੜੀਏ ਮੈਂ ਮੋਸਨਾ ਮਾਦੀ ਮੋਸਨਾ ਧੀਆ ਮੈਡੀ ਪੂਰੀ ਕਰ ਮਨਸ਼ਾ ਚਾ ਸਾਥ ਬਹੁ ਇਹਸਾਨ ਹਿਨ ਗਾਵੀ ਦੇ ਇਹਦੇ ਕੁਝ ਇਹਸਾਨ ਹਮਸ਼ੀਰ ਦੀ ਜਲ ਦੁਆ ਜਾ ਮੈਂ ਆਪਣੀ ਚਾਦਰ ਦੇਂਦੀ ਹਾਂ ਤੂੰ ਅਬਾਸ ਦਾ ਕਫਨ ਕਫਨ ਬਣਾ ਵਾਹ 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 ਵਾਹ